ਸਾਡੇ ਜਿਸ ਵਕਤ ਮੰਚ ਸੰਚਾਲਨ ਕਰ ਰਹੇ ਨੇ ਰਮੇਸ਼ ਸ਼ੌਂਕੀ ਜੀ, ਖੁਦ ਅੱਛੇ ਰਾਈਟਰ ਨੇ, ਬੋਏ ਦੇ ਪੁਰਾਣੇ ਮਿੱਤਰ ਸਨ, ਔਰ ਵਰਿੰਦਰ ਸ਼ਾਂਤ ਜੀ ਵੀ ਰਾਈਟਰ ਸਾਡੇ, ਜੋ ਬਿਹਤਰੀਨ ਰਾਈਟਰ ਨੇ, ਉਹ ਵੀ ਪੰਡਾਲ 'ਚ ਬੈਠੇ ਨੇ। 40 ਸਾਲ ਤੋਂ ਜਿੰਨੀਆਂ ਵੀ ਭੇਟਾਂ ਔਰ ਭਜਨ ਗਾਏ ਬਹੁ ਨਿਰਦੋਸ਼ ਜੀ ਦੇ ਮੈਂ ਗਾਏ ਨੇ, 98% ਨਿਰਦੋਸ਼ ਜੀ ਦੀਆਂ ਕਲਮ ਵਿੱਚੋਂ ਲਿਖੀਆਂ ਰਚਨਾਵਾਂ ਮੈਂ ਆਪਣੇ ਪੂਰੇ ਜੀਵਨ 'ਚ ਗਾਈਆਂ ਨੇ। ਔਰ ਬੜੀਆਂ ਗੱਲਾਂ ਬੋਏ ਨੇ ਭਜਨ ਲਿਖਿਆ ਸੀ, ਮੈਂ ਕਿਹਾ ਬਹੁ ਜੀ ਇਹ ਭਜਨ ਹੈ ਕਿ ਕੋਈ ਵੀ ਆਂਖ ਸੇ ਕਾਜਲ ਚੁਰਾ ਨਹੀਂ ਸਕਦਾ, ਲਿਖਿਆ ਲਿਖਾ ਵਿਧੀ ਕਾ ਕੋਈ ਮਿਟਾ ਨਹੀਂ ਸਕਦਾ। ਅਤੇ ਫਿਰ ਅਸੀਂ ਮੱਥੇ ਕਿਉਂ ਟੇਕਦੇ ਜਾਂ ਮਿਟਦਾ ਹੀ ਨਹੀਂ ਲਿਖਿਆ ਹੋਇਆ, ਫਿਰ ਅਸੀਂ ਮੰਨਤਾਂ ਕਿਉਂ ਮੰਨਦੇ ਹਾਂ, ਫਿਰ ਅਸੀਂ ਕਿਉਂ ਜਾਂਦੇ ਹਾਂ ਕਿਸੇ ਦੇ ਅੱਗੇ ਚਰਨਾਂ 'ਚ ਝੁਕਣ ਵਾਸਤੇ। ਕਹਿੰਦੇ ਕਾਕਾ ਗੱਲ ਤਾਂ ਉਹ ਵੀ ਤੇਰੀ ਠੀਕ ਹੈ, ਲਿਖਿਆ ਨਹੀਂ ਮਿਟਦਾ, ਜੋ ਮਹਾਮਾਈ ਨੇ ਲਿਖਿਆ ਵਿਧਾਤਾ ਨੇ ਉਹ ਕਦੀ ਮਿਟਿਆ ਨਹੀਂ, ਮਗਰ ਕਈ ਗੱਲਾਂ ਫਿੱਕੀਆਂ ਪਾ ਦਿੰਦੀ ਹੈ ਮਹਾਰਾਣੀ, ਜਿਸ ਤਰ੍ਹਾਂ ਕਿਉਂਕਿ ਮੇਜਰ ਅਟੈਕ ਹੋਣਾ ਹੋਵੇ ਕਿਸੇ ਨੂੰ ਤਾਂ ਉਸ ਤੋਂ ਬੰਦਾ ਬਚ ਜਾਂਦਾ, ਕੋਈ ਕੰਮ ਪੂਰਨ ਰੂਪ 'ਚ ਨਾ ਸਿਰੇ ਚੜ੍ਹਦਾ ਹੋਵੇ ਤਾਂ ਚੜ੍ਹਨ ਲੱਗ ਪੈਂਦਾ ਹੌਲੀ ਹੌਲੀ। ਇਸ ਕਰਕੇ ਅਸੀਂ ਅਰਦਾਸਾਂ ਮਾਤਾ ਰਾਣੀ ਦੇ ਅੱਗੇ ਕਰਨੇ ਹਾਂ। ਤਾਂ ਬੋਏ ਨੇ 4-5 ਸਾਲ ਪਹਿਲੇ ਇੱਕ ਭੇਟ ਲਿਖੀ ਸੀ ਕਿ ਦਿਲ ਨੂੰ ਮਾਏ ਬੜੀ ਉਦਾਸੀ ਏ, ਗਮ ਤੋਂ ਹੁੰਦੀ ਨਹੀਂ ਖਲਾਸੀ, ਲੱਖਾਂ ਭਗਤਾਂ ਦੇ ਕੱਟ ਗਏ ਬੰਧਨ, ਮੇਰੀ ਕੱਟਦੀ ਨਹੀਂ 84। ਤੋ 84ਵਾਂ ਜਨਮਦਿਨ ਮਹਾਰਾਣੀ ਨੇ ਇੱਥੇ ਮਨਾਇਆ ਉਹਨਾਂ ਦਾ ਸਾਰੇ ਸ਼ਹਿਰ ਨੇ, ਤੋ 84 ਅੱਜ ਕੱਟੀ ਗਈ। ਮਨ ਦੀ ਕਲੀਆਂ 'ਚ 6 ਕੰਢਿਆਂ ਦੇ ਮਿਲੇ ਤੋਹਫੇ ਨੇ, ਇਹ ਜੱਗ ਦੀ ਪ੍ਰੀਤ ਸੱਤਿਆਨਾਸ਼ੀ ਏ, ਦਿਲ ਨੂੰ ਮਾਏ ਬੜੀ ਉਦਾਸੀ, ਢੂੰਡ ਥੱਕਿਆ ਮੈਂ ਆਪਣਾ ਗਹਿਰਾਂ ਚੋਂ, ਕਿੱਥੋਂ ਲੱਭਣਾ ਏ ਸ਼ਹਿਦ ਜ਼ਹਿਰਾਂ ਚੋਂ, ਸੱਚ ਦੀ ਗਰਦਨ ਨੂੰ ਇੱਥੇ ਫਾਂਸੀ ਏ, ਦਿਲ ਨੂੰ ਮਾਏ ਬੜੀ ਉਦਾਸੀ, ਬਾਜੀ ਚਿੱਤ ਦੀ ਸਦਾ ਹੀ ਚਿੱਤ ਇੱਥੇ, ਹੁੰਦੀ ਹੰਝੂਆਂ ਦੀ ਵਰਖਾ ਨਿੱਤ ਇੱਥੇ, ਰੂਹ ਨਿਰਦੋਸ਼ ਚਿਰ ਤੋਂ ਪਿਆਸੀ ਏ, ਦਿਲ ਨੂੰ ਮਾਏ ਬੜੀ ਉਦਾਸੀ। ਇੱਕ ਬਾਊ ਜੀ ਦੀ ਸ਼ਰਨ 'ਚ, ਉਹਨਾਂ ਦੇ ਚਰਨਾਂ 'ਚ, ਸਾਨੂੰ ਨਹੀਂ ਲੱਗਦਾ ਕਿ ਉਹ ਚਲੇ ਗਏ ਨੇ, ਲੱਗਦਾ ਇਸ ਤਰ੍ਹਾਂ ਹੀ ਕਿ ਹਜੇ ਵੀ ਉੱਥੇ ਸਾਹਮਣੇ ਮਹਾਮਾਈ ਦੇ ਮੰਦਿਰ ਦੇ ਬਾਹਰ ਬੈਠੇ ਨੇ, ਜਿਸ ਤਰ੍ਹਾਂ ਹਰ ਰੋਜ਼ ਬੈਠੇ ਹੁੰਦੇ ਸਨ, ਮਹਿਸੂਸ ਹੁੰਦਾ। ਔਰ ਇਹ ਰਹੇਗਾ ਵੀ ਕਿ ਉਹਨਾਂ ਦੀ ਆਤਮਾ ਇਸ ਮੰਦਿਰ ਦੇ ਵਿੱਚ ਹੀ ਰਹੇਗੀ, ਇਹ ਮਨ ਕਹਿੰਦਾ। ਆਹ ਸ਼ੇਰ ਜਿਹੜਾ ਪਿੱਛੇ ਲਿਖਿਆ ਹੈ ਇਹ ਅੱਜ ਤੋਂ 40 ਸਾਲ ਪਹਿਲੇ ਲਿਖ ਕੇ ਬੋਏ ਨੂੰ ਮਿਲ ਦਿੱਤਾ ਸੀ। ਕਿੱਸਾ ਬੱਜ ਦੀਆਂ ਸੋਚਾਂ ਸੋਚ ਰਹੇ, ਕਿਸੇ ਕੱਲ ਦੀ ਸੂਰਤ ਤੱਕੀ ਨਹੀਂ, ਜੋ ਪਲ ਗੁਜ਼ਰੇ ਉਮਰ ਘਟੇ, ਇਹ ਸਮੇਂ ਦੀ ਰੁਕਦੀ ਚੱਕੀ ਨਹੀਂ, ਇਹ ਜੀਵਨ ਇੱਕ ਛਲਾਵਾ ਏ, ਇਹ ਮੌਤ ਕਿਸੇ ਦੀ ਸੱਕੀ ਨਹੀਂ, ਨਿਰਦੋਸ਼ ਮੁਸਾਫਿਰ ਖਾਨੇ ਵਿੱਚ ਕੋਈ ਸੀਟ ਕਿਸੇ ਦੀ ਪੱਕੀ, ਤੂੰ ਰੰਗਲੇ ਮਹਿਲ ਬਣਾਉਣਾ ਏ, ਤੇਰੀ ਨੀ ਪੱਕੀ ਥਾਂ ਬੰਦਿਆ, ਕੋਈ ਆਉਂਦਾ ਏ ਕੋਈ ਜਾਂਦਾ ਏ, ਇਹ ਦੁਨੀਆ ਇੱਕ ਸਰਾਂ ਬੰਦਿਆ, ਕਦੇ ਪੱਤ ਝਾੜੇ ਕਦੇ ਵਰਖਾ ਏ, ਕਦੇ ਧੁੱਪ ਇੱਥੇ ਕਦੇ ਛਾਂ ਬੰਦਿਆ, ਨਿਰਦੋਸ਼ ਤੂੰ ਐਸੇ ਕਰਮ ਕਮਾ, ਤੇਰਾ ਕੁਝ ਤੇ ਰਹਿ ਜਾਏ ਨਾ। ਅੱਜ ਉਹ ਕਰਮ ਸਾਹਮਣੇ ਨਜ਼ਰ ਆ ਰਹੇ ਨੇ, ਇਹ ਨਾ ਤੋਂ ਯੁਗਾ ਯੁਗਾ ਤੱਕ ਰਹੇਗਾ। ਮੇਰੇ ਵਰਗੇ ਹੋਰ ਵੀ ਬਹੁਤ ਨੇ ਲੋਕ ਜੋ ਸਦਾ ਹੀ ਮਹਾਮਾਈ ਦੀਆਂ ਭੇਟਾਂ ਨਿਰਦੋਸ਼ ਦੀਆਂ ਲਿਖੀਆਂ ਗਾਉਂਦੇ ਰਹਿਣਗੇ। ਔਰ ਮੈਂ ਇੱਕ ਭਜਨ, ਕਿਉਂਕਿ ਹੁਣ ਸਾਡੇ ਸਾਥੀ ਬਹੁਤ ਸਾਰੇ ਪੰਡਾਲ 'ਚ ਪਹੁੰਚ ਗਏ, ਜਿਨ੍ਹਾਂ ਦਾ ਦਿਲੋਂ ਪਿਆਰ ਸਾਡੇ ਬਹੁ ਜੀ ਨਿਰਦੋਸ਼ ਜੀ ਦੇ ਨਾਲ ਹੈ, ਅਸੀਂ ਆਪਣੇ ਪੂਰੇ ਕੰਮਾਂ ਕਾਰਾਂ ਨੂੰ ਛੱਡ ਕੇ ਉਹਨਾਂ ਦੇ ਸਮਾਗਮ 'ਚ ਪਹੁੰਚੇ ਨੇ, ਮੈਂ ਸਵਾਗਤ ਕਰਨਾ। ਔਰ ਉਹਨਾਂ ਨੇ ਵੀ ਸ਼ਰਧਾ ਸੁਮਨ ਭੇਟ ਕਰਨੇ ਨੇ ਦਿੱਲੀ ਤੋਂ, ਦੇਖੋ ਦਾਸ ਜੀ ਆਏ ਨੇ ਚੱਲ ਕੇ, ਕੀ ਧੰਨਵਾਦ। ਤੋ ਮੈਂ ਇੱਕ ਭਜਨ ਕਹਾਂਗਾ, ਹਾਂ ਮੇਰੇ ਤੋਂ ਬਾਅਦ ਮੈਂ ਸ਼ੌਂਕੀ ਸਾਹਿਬ ਅਮਿਤ ਜੀ ਨੂੰ ਕਹਾਂ। ਕੋਈ ਵੀ ਆਂਖ ਸੇ ਕਾਜਲ ਚੁਰਾ ਨਹੀਂ ਸਕਦਾ, ਕੋਈ ਵੀ ਆਂਖ ਸੇ ਕਾਜਲ ਚੁਰਾ ਨਹੀਂ
सकता लिखा विधि का कोई, लिखा विधि का कोई भी मिटा नहीं सकता। कोई भी आँख से का जल चुरा नहीं सकता, कोई भी आँख से अजीब दीपक है ये जिंदगी का दिया भी अजीब दीपक है। जो बुझ गया तो कोई, जो बुझ गया तो कोई फिर जगा नहीं सकता। कोई भी आँख से का जल चुरा नहीं सकता, कोई भी आँख से। बुराई चीज ही ऐसी जो सब में होती है, बुराई चीज ही ऐसी जो सब में होती है। कोई किसी के गुनों, कोई किसी के गुनों को चुरा नहीं सकता। कोई भी आँख से का दिल चुरा नहीं सकता, लिखा विधि का कोई भी मिटा नहीं सकता। कोई भी आँख से उसे पतन से कोई, उसे पतन से कोई फिर बचा नहीं सकता। कोई भी हाथ से का जल चुरा नहीं सकता, लिखा विधि का कोई भी मिटा नहीं सकता। कोई भी आँख से